ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਅਕਾਲ ਅਕੈਡਮੀ ਹਾਬੜੀ ਦੇ ਵਿੱਚ। ਪਿੰਡਾਂ ਦੇ ਵਿੱਚ ਵੱਸਦੀ ਹੋਈ ਇਹ ਅਕੈਡਮੀ, ਜਿੱਥੇ ਇੱਕ ਉੱਚੀ ਇਮਾਰਤ ਦੇ ਅੰਦਰ ਉੱਚੇ ਪੱਧਰ ਦੀ ਵਿੱਦਿਆ ਵੀ ਦਿੱਤੀ ਜਾ ਰਹੀ। ਮੈਂ ਚਾਹੁੰਦਾ ਕਿ ਜਿੱਦਾਂ ਸਾਡੀ ਟੀਮ ਉੱਥੇ ਪਹੁੰਚੀ ਔਰ ਜਿੱਦਾਂ ਸਾਡਾ ਉੱਧਰ ਦਾ ਸਫ਼ਰ ਰਿਹਾ, ਮੈਂ ਚਾਹਾਂਗਾ ਕਿ ਤੁਸੀਂ ਸਾਰੇ ਵੀ ਸਾਡੇ ਨਾਲ ਚੱਲੋ ਔਰ ਉੱਧਰ ਪੜ੍ਹਦੇ ਬੱਚਿਆਂ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜੋ ਉਹਨਾਂ ਦੀ ਰੂਟੀਨ ਹੈ, ਜੋ ਉਹਨਾਂ ਦਾ ਸਿਲੇਬਸ ਹੈ, ਜੋ ਉਹਨਾਂ ਦਾ ਟਾਈਮ ਟੇਬਲ ਹੈ, ਆਪ ਸਾਰੇ ਵੀ ਉਹਦੇ ਵੱਲ ਝਾਤ ਮਾਰੋ। ਤੇ ਆਓ ਅਸੀਂ ਚੱਲਦੇ ਹਾਂ ਅਕਾਲ ਅਕੈਡਮੀ ਹਾਬੜੀ। ਅੱਜ ਸਾਨੂੰ ਲੋੜ ਹੈ ਕਿ ਇੱਦਾਂ ਦੇ ਸਕੂਲ ਹੋਣ, ਇੱਦਾਂ ਦੀਆਂ ਅਕੈਡਮੀਆਂ ਹੋਣ ਜਿੱਥੇ ਬੱਚਿਆਂ ਨੂੰ ਸਿਰਫ ਦੁਨਿਆਵੀ ਪੜ੍ਹਾਈ ਨਾ ਮਿਲੇ, ਉਸ ਦੇ ਨਾਲ ਨਾਲ ਉਹਨਾਂ ਨੂੰ ਇੱਦਾਂ ਦੀ ਵਿੱਦਿਆ ਵੀ ਮਿਲੇ ਜੋ ਕਿ ਉਹਨਾਂ ਨੂੰ ਬਾਣੀ ਔਰ ਬਾਣੇ ਦਾ ਧਾਰਨੀ ਬਣਾਉਣ। ਕਿ ਵਾਕਈ ਅੱਜ ਇਹੋ ਜਿਹੇ ਸਕੂਲ, ਇਹੋ ਜਿਹੀਆਂ ਅਕੈਡਮੀਆਂ ਹੈਗੀਆਂ ਨੇ ਜਿੱਥੇ ਬੱਚਿਆਂ ਨੂੰ ਨਾ ਸਿਰਫ ਦੁਨਿਆਵੀ ਪੜ੍ਹਾਈ ਦਿੱਤੀ ਜਾਵੇ ਪਰ ਉਸ ਦੇ ਨਾਲ ਨਾਲ ਉਹਨਾਂ ਨੂੰ ਗੁਰਮਤ ਵਿੱਦਿਆ ਵੀ ਦਿੱਤੀ ਜਾਵੇ, ਉਹਨਾਂ ਨੂੰ ਬਾਣੀ ਔਰ ਬਾਣੇ ਦਾ ਧਾਰਨੀ ਵੀ ਬਣਾਇਆ ਜਾਵੇ। ਮੈਂ ਆਪ ਚਾਹੁੰਦਾ ਕਿ ਤੁਸੀਂ ਦੇਖੋ ਅਕਾਲ ਅਕੈਡਮੀ ਹਾਬੜੀ ਦੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਹਰ ਰੋਜ਼ ਸਵੇਰੇ ਉਹਨਾਂ ਦੇ ਦਿਨ ਦੀ ਸ਼ੁਰੂਆਤ ਨਿਤਨੇਮ ਦੀ ਪੰਜ ਬਾਣੀਆਂ ਦੇ ਨਾਲ ਹੁੰਦੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈਗੀ ਹੈ ਕਿ ਉਸ ਵੇਲੇ ਜਦੋਂ ਇੱਥੇ ਪੰਜ ਬਾਣੀਆਂ ਦਾ ਜਾਪ ਹੁੰਦਾ ਹੈ, ਹਰ ਇੱਕ ਬੱਚਾ, ਹਰ ਇੱਕ ਟੀਚਰ, ਹਰ ਇੱਕ ਜੋ ਸਕੂਲ ਦੇ ਅੰਦਰ ਸਟਾਫ ਹੈ, ਉਹ ਸਾਰੇ ਇਕੱਠੇ ਬੈਠ ਕੇ ਮਹਾਰਾਜ ਦੀ ਇਲਾਹੀ ਬਾਣੀ ਦਾ ਜਾਪ ਕਰਦੇ ਹਨ। ਜਿਵੇਂ ਕਿ ਆਪ ਸਾਰਿਆਂ ਨੇ ਦੇਖਿਆ ਕਿ ਬੱਚੇ ਕਿੰਨੇ ਸੁਚੱਜੇ ਤਰੀਕੇ ਦੇ ਨਾਲ ਬਾਣੀ ਦਾ ਜਾਪ ਕਰ ਰਹੇ ਸਨ। ਇੱਥੇ ਸਿਰਫ ਬੱਚਿਆਂ ਨੂੰ ਬਾਣੀ ਪੜ੍ਹਾਈ ਨਹੀਂ ਜਾਂਦੀ, ਹਰ ਰੋਜ਼ ਉਹਨਾਂ ਨੂੰ ਨਿਤਨੇਮ ਕਰਾਇਆ ਨਹੀਂ ਜਾਂਦਾ, ਉਸ ਦੇ ਨਾਲ ਨਾਲ ਬਾਣੀ ਦੀ ਸੰਥਿਆ ਵੀ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਉਸਦੇ ਅਰਥ ਵੀ ਸਮਝਾਏ ਜਾਂਦੇ ਨੇ ਤਾਂ ਕਿ ਬੱਚਿਆਂ ਨੂੰ ਸਿਰਫ ਔਰ ਸਿਰਫ ਬਾਣੀ ਪੜ੍ਹਨ ਦਾ ਨਹੀਂ ਬਲਕਿ ਉਸਦੇ ਅਰਥਾਂ ਦੇ ਬਾਰੇ ਵੀ ਪਤਾ ਚੱਲੇ, ਉਹਨਾਂ ਦਾ ਗਿਆਨ ਜੋ ਹੈ ਉਹ ਬਾਣੀ ਦੇ ਵੱਲ ਹੋਰ ਜ਼ਿਆਦਾ ਵਧੇ। ਅਸੀਂ ਅੱਜ ਅਕਾਲ ਅਕੈਡਮੀ ਹਾਬੜੀ ਦੇ ਵਿੱਚ ਇਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਵੀ ਗੱਲ ਕੀਤੀ, ਉਹਨਾਂ ਦੇ ਨਾਲ ਵੀ ਅਸੀਂ ਵਿਚਾਰਾਂ ਦੀ ਸਾਂਝ ਪਾਈ ਤਾਂ ਜੋ ਸਾਨੂੰ ਪਤਾ ਲੱਗੇ ਕਿ ਇੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਕਿਸ ਤਰੀਕੇ ਦੀ ਵਿੱਦਿਆ ਦਿੱਤੀ ਜਾਂਦੀ ਹੈ, ਇੱਥੇ ਪੜ੍ਹਨ ਵਾਲੇ ਹਰ ਇੱਕ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਲਾਇਕ ਬਣਾਇਆ ਜਾਂਦਾ ਹੈ, ਇੱਧਰ ਦਾ ਟੀਚਿੰਗ ਸਟਾਫ ਕਿੱਦਾਂ ਦਾ ਹੈ, ਇੱਥੇ ਕਿਸ ਤਰੀਕੇ ਦੀ ਫੈਸਿਲਿਟੀਜ਼ ਬੱਚਿਆਂ ਨੂੰ ਅਵੇਲੇਬਲ ਹੈਗੀਆਂ ਨੇ, ਇੱਥੇ ਲੈਬੋਰੇਟਰੀਜ਼ ਨੇ, ਲਾਇਬ੍ਰੇਰੀ ਹੈ ਔਰ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ, ਵੱਖਰੇ ਵੱਖਰੇ ਸੁਚੱਜੇ ਔਰ ਅਲੱਗ ਤਰੀਕਿਆਂ ਦੇ ਨਾਲ ਬੱਚਿਆਂ ਨੂੰ ਵਿੱਦਿਆ ਦਿੱਤੀ ਜਾਂਦੀ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਆਓ ਅਸੀਂ ਚੱਲਦੇ ਹਾਂ ਅਕਾਲ ਅਕੈਡਮੀ ਹਾਬੜੀ ਦੀ ਪ੍ਰਿੰਸੀਪਲ ਸਾਹਿਬਾਨ ਦੇ ਨਾਲ ਵਿਚਾਰਾਂ ਦੀ ਸਾਂਝ ਪਾਈਏ, ਉਹਨਾਂ ਨੂੰ ਪੁੱਛੀਏ ਕਿ ਉਹਨਾਂ ਦਾ ਕੀ ਕਹਿਣਾ ਹੈ, ਜੋ ਇੱਥੇ ਸਿਲੇਬਸ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ, ਜੋ ਇਹਨਾਂ ਬੱਚਿਆਂ ਦਾ ਖਾਸ ਟਾਈਮ ਟੇਬਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਬਣਾਇਆ ਜਾਂਦਾ ਹੈ, ਉਸ ਦੇ ਬਾਰੇ ਪ੍ਰਿੰਸੀਪਲ ਸਾਹਿਬਾਨ ਦੇ ਕੀ ਖਿਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਨੇਮ ਇਜ਼ ਕੁਲਦੀਪ ਕੌਰ, ਆਈ ਐਮ ਦੀ ਹੈਡਮਿਸਟ੍ਰੈਸ ਆਫ ਅਕਾਲ ਅਕੈਡਮੀ ਹਾਬੜੀ।
I would like to tell that academy starts with Nitnem, 5 Banis in the morning. And after that, the schedule goes accordingly. Like we start our subject periods, and during the periods there are many activities. And side by side, the extra classes for the slow learners. Like there are many learning disabilities among the students, so we classify the learning disabilities, and after that we proceed accordingly. On Monday we identify the problems in the students, and on Saturday there is the progress test, and after that, after 15 days we check the level again. We have our special facilitators who visit our academy from Chandigarh. After 15 days they come here and they check the level of the students. If there is problem, then they guide us properly. And there are many other activities like sports, music, art and craft. And students, they participate in many activities out of the school. So we send our students to inter-academy athletic meets, where they do very well and they win the prizes also. The difference between our academy and the other schools is the education system here. Every teacher who joins here, first he has to go through 3 months training. First he clear the level there, and after that they join here. And here also they have to go through 1 month training, and there is final evaluation in our mega cluster head. So the teaching methodology, those are highly qualified, and all the teachers are very skillful. Our students are, they are really active, and my students, they are highly fluent in English, and some of the students, they are really interested in doing sahaj parts in their free time. They go to music room, they do sahaj part by themselves only. And the academy is up to 8th grade. So my 8th grade students, they have kanth Japji Sahib. They know all the bodies in Japji Sahib. The most main focus is on the education, obviously. Some of the parents, they feel that in the academy there is only Punjabi medium, but it is not. The students, they are really doing very well in English field and science field. And main the science classes, if we talk about these classes, then the students go in science lab and they do the practicals, and it means they are learning by doing. So the science classrooms are not only theories, there are the discussions going on between teachers and students, and while practicing all the concepts, they learn many things. I just want to say ke, just don't go for the books only, book knowledge. Students should go for the understanding, like science is life, SST is our life. They should understand the concepts beyond books. There are many things that we should learn, and my students, they also believe in this. Waheguru Ji Ka Khalsa, Waheguru Ji Ki Fateh. My name is Shubkarmandeep Singh. I study in class 7 in Akal Academy Habri. It runs by Kalgidhar Trust, and there are 129 other academies in Northern India. The teacher here are very caring, and my favorite teacher is Ms. Kuldeep Kaur. She is the principal of the school, and she teaches us English. The method of teaching is very good, and the study here is brilliant. The students here are genius. The Kalgidhar Trust is also granting money to many children. We get scholarship here, and we bring a genius result in our exam. I like to play football, and I can
and I can score well in it. I have gone to many of the other academies in function of art and craft, and I have scored well. I have got many gifts there. So I would request to all the parents to admit their student in this school. Thank you. There is one big library in my academy. There are around 2700 books in my library. Students, they get two periods in a week to go there and enjoy their reading. And there are many books according to the taste of the students. ਅਕਾਲ ਅਕੈਡਮੀ ਹਾਬੜੀ ਦੇ ਅੰਦਰ ਇੱਕ ਖਾਸ ਗੱਲ ਹੈ ਕਿ ਇੱਥੇ ਬੱਚਿਆਂ ਨੂੰ ਸਿਰਫ ਔਰ ਸਿਰਫ ਦੁਨਿਆਵੀ ਪੜ੍ਹਾਈ ਨਹੀਂ ਕਰਾਈ ਜਾਂਦੀ, ਇਹਨਾਂ ਨੂੰ ਆਲਰਾਊਂਡਰ ਬਣਾਇਆ ਜਾਂਦਾ ਔਰ ਆਲਰਾਊਂਡਰ ਬਣਾਉਣ ਦੇ ਲਈ ਇਹਨਾਂ ਨੂੰ ਸਪੋਰਟਸ ਦੇ ਖੇਤੇ ਦੇ ਅੰਦਰ ਵੀ ਖਾਸ ਵਿੱਦਿਆ ਦਿੱਤੀ ਜਾਂਦੀ ਹੈ, ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਅਕੈਡਮੀ ਦੇ ਅੰਦਰ ਹੀ ਕੋਚ ਸਾਹਿਬਾਨ ਨੇ ਜੋ ਕਿ ਬੱਚਿਆਂ ਨੂੰ ਹਰ ਰੋਜ਼ ਟ੍ਰੇਨਿੰਗ ਦਿੰਦੇ ਨੇ ਵੱਖਰੇ ਵੱਖਰੇ ਸਪੋਰਟਸ ਦੇ ਅੰਦਰ, ਵੱਖਰੇ ਵੱਖਰੇ ਖੇਡਾਂ ਦੇ ਅੰਦਰ। ਜੇ ਕੋਈ ਬੱਚਾ ਚਾਹੁੰਦਾ ਹੈ, ਜੇ ਕੋਈ ਸਟੂਡੈਂਟ ਚਾਹੁੰਦਾ ਹੈ ਕਿ ਉਹ ਹਾਕੀ ਦਾ ਪਲੇਅਰ ਬਣਨਾ ਚਾਹੁੰਦਾ ਹੈ, ਉਹ ਹਾਕੀ ਖੇਡਣਾ ਸਿੱਖਣਾ ਚਾਹੁੰਦਾ ਹੈ, ਤਾਂ ਉਸਨੂੰ ਉਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜੇ ਕਿਸੇ ਦਾ ਰੁਝਾਨ ਜੋ ਹੈ ਉਹ ਬੈਡਮਿੰਟਨ ਵੱਲ ਹੈ ਜਾਂ ਫੁੱਟਬਾਲ ਵੱਲ ਹੈ, ਤਾਂ ਉਹਨਾਂ ਨੂੰ ਉਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਵਧੀਆ ਤੋਂ ਵਧੀਆ ਇੱਥੇ ਸਪੋਰਟਸ ਫੈਸਿਲਿਟੀਜ਼ ਨੇ, ਵਧੀਆ ਤੋਂ ਵਧੀਆ ਇੱਥੇ ਟੀਚਰਸ ਨੇ, ਕੋਚਿਸ ਨੇ ਜੋ ਕਿ ਉਸ ਤਰੀਕੇ ਦੀ ਖਾਸ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ। ਮੈਂ ਚਾਹੁੰਦਾ ਕਿ ਅਸੀਂ ਸਪੋਰਟਸ ਦੇ ਅੰਦਰ ਵੀ ਚੱਲ ਕੇ ਦੇਖੀਏ ਕਿਸ ਤਰੀਕੇ ਬੱਚਿਆਂ ਨੂੰ ਸਿਖਾਇਆ ਜਾ ਰਿਹਾ, ਕਿਸ ਤਰੀਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਬੱਚੇ ਵੱਡੇ ਲੈਵਲ ਦੇ ਉੱਪਰ ਵੀ ਪਰਫਾਰਮ ਕਰ ਸਕਣ, ਕੰਪੀਟੀਸ਼ਨ ਲੜ ਸਕਣ। ਜਦੋਂ ਅਸੀਂ ਪ੍ਰਿੰਸੀਪਲ ਸਾਹਿਬਾਨ ਨਾਲ ਗੱਲ ਕੀਤੀ ਔਰ ਤੁਸੀਂ ਵੀ ਅੱਗੇ ਸੁਣੋਗੇ ਕਿ ਪ੍ਰਿੰਸੀਪਲ ਸਾਹਿਬਾਨ ਨੇ ਸਾਨੂੰ ਖਾਸ ਦੱਸਿਆ ਕਿ ਇੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਇਸ ਤਰੀਕੇ ਦੀ ਟ੍ਰੇਨਿੰਗ ਕਿ ਬੱਚੇ ਕੰਪੀਟੀਸ਼ਨ ਦੇ ਅੰਦਰ ਕਈ ਵਾਰੀ ਅਵਾਰਡ, ਕਈ ਵਾਰੀ ਪ੍ਰਾਈਜ਼ ਵੀ ਲੈ ਕੇ ਆਏ ਨੇ। ਸੋ ਮੈਂ ਚਾਹੁੰਦਾ ਕਿ ਇਹ ਪ੍ਰਾਈਜ਼ ਜਿੱਤਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਸ ਟ੍ਰੇਨਿੰਗ ਵੱਲ ਵੀ ਅਸੀਂ ਝਾਤ ਪਾਈਏ। Our students, they are always ready for any test. They participate in many sports. There is football, volleyball, there is badminton, they play cricket also, kho-kho, there is a kabaddi team in Habri. My students go there. That is, their team is from government school. They are the participants and they go for national level with the national level kabaddi team. The parents, they also support my students. They always be with us, and some of the students they are very good in athletics. They have grabbed many prizes in athletics. This junior students especially, they are very good in 200 meter race, and there is one Gatka team in my academy. If we talk about martial art, Gatka is Sikh, known as Sikh martial art, and it is, see today's world, the girls especially, they need really defense, self-defense. They are trained to defend themselves in Haryana
It is today it is really bad to hear that crisis that is going on, that is rape with the very small girl child. So my all the girl students, they participate in Gatka team. There is a coach, Mr. Gurbinder Singh, who comes in my academy and he trains the students. All the students, they get Gatka classes. Transport facility is also very good in my academy. In every bus there is one driver and one conductor is also provided to the students, and in two buses there are the conductors are the ladies, specially hired for the girls' safety. Our transport facility, that is very good. In every buses there is first aid facility is also provided, and water campers are also provided, and every month the buses go for the service, and there is a transporter, special transporter is also hired to take care of all the buses and to handle all the problems. I just want to sum up that the method we use in Akal Academies, it is really beneficial for all the students. All the students, they also enjoy, they love the way the teachers teach them. And I also feel sometime very honored in this age I got the opportunity to handle Akal Academy. I'm really thankful to the donor who donated 5 more rooms to my academy. It is really helpful to make the future of many children, those who are going to sit in those classrooms and acquire a good education. Like our theme, main theme is spiritual and value-based education. So it is really helpful, and in the future, really I wish good luck to the donor, so that God may bless him to follow the same approach in the future. ਜਦੋਂ ਅਸੀਂ ਇੱਥੇ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੇ ਨਾਲ ਗੱਲਾਂ ਦੀ ਸਾਂਝ ਪਾਈ, ਵਿਚਾਰਾਂ ਦੀ ਸਾਂਝ ਪਾਈ, ਤਾਂ ਸਾਨੂੰ ਪਤਾ ਲੱਗਿਆ ਕਿ ਇੱਥੇ ਟੀਚਰਸ ਨੂੰ ਵੀ ਖਾਸ ਟ੍ਰੇਨਿੰਗ ਮਿਲਦੀ ਹੈ, ਉਹਨਾਂ ਨੂੰ ਵੀ ਖਾਸ ਸਿਖਾਇਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ, ਕਿਸ ਲਿਹਾਜ਼ੇ ਦੇ ਨਾਲ ਵਿਦਿਆਰਥੀਆਂ ਨੂੰ ਇੱਥੇ ਪੜ੍ਹਾਇਆ ਜਾਏ। ਇੱਥੇ ਪੜ੍ਹਾਉਣ ਵਾਲੇ ਅਧਿਆਪਕ ਵੀ ਹਰ ਰੋਜ਼ ਨਿਤਨੇਮ ਦੀ ਬਾਣੀਆਂ ਪੜ੍ਹਦੇ ਨੇ, ਉਹ ਆਪ ਵੀ ਇਸ ਤਰੀਕੇ ਦਾ ਗਿਆਨ ਰੱਖਦੇ ਨੇ ਤਾਂ ਕਿ ਉਹਨਾਂ ਨੂੰ ਵੀ ਗੁਰਮਤਿ ਵਿੱਦਿਆ ਹੋਏ। ਜੇ ਉਹਨਾਂ ਨੂੰ ਆਪ ਗੁਰਮਤਿ ਵਿੱਦਿਆ ਹੋਏਗੀ ਤਾਂ ਹੀ ਅੱਗੇ ਉਸ ਵਿੱਦਿਆ ਦੀ ਉਹ ਸਾਂਝ ਪਾ ਸਕਣ। ਮੈਂ ਚਾਹੁੰਦਾ ਕਿ ਇੱਦਾਂ ਦੇ ਕਈ ਜਿਹੜੇ ਅਧਿਆਪਕ ਨੇ ਉਹਨਾਂ ਦੇ ਨਾਲ ਤੁਸੀਂ ਵੀ ਆ ਕੇ ਵਿਚਾਰਾਂ ਦੀ ਸਾਂਝ ਪਾਓ। ਮੈਂ ਚਾਹੁੰਦਾ ਕਿ ਉਹਨਾਂ ਦੇ ਵਿਚਾਰਾਂ ਨੂੰ ਸੁਣ ਕੇ ਤੁਸੀਂ ਆਪ ਦੇਖੋ ਕਿ ਕਿੱਦਾਂ ਇੱਥੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਪੜ੍ਹਾਇਆ ਜਾ ਰਿਹਾ, ਕਿੱਦਾਂ ਇੱਥੇ ਸਪਿਰਿਚੁਅਲ ਜੋ ਇੱਕ ਗੁਰਮਤਿ ਵਿੱਦਿਆ ਉਹ ਵੀ ਦਿੱਤੀ ਜਾ ਰਹੀ ਆ, ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਉਸ 'ਤੇ ਵੀ ਜ਼ੋਰ ਪਾਇਆ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਚਿੱਤਰ ਸਿੰਘ ਹਾਬੜੀ ਤੋਂ, ਮੇਰਾ ਬੇਟਾ ਗੁਰਜੋਤ ਸਿੰਘ ਜੋ ਕਿ ਅਕਾਲ ਅਕੈਡਮੀ ਹਾਬੜੀ ਵਿਖੇ ਨਰਸਰੀ ਕਲਾਸ ਵਿੱਚ ਪੜ੍ਹਦਾ ਹੈ। ਬੱਚੇ ਦਾ ਪੜ੍ਹਨ ਦਾ ਬਹੁਤ ਵਧੀਆ ਤਰੀਕਾ ਹੈ, ਜੋ ਇੱਥੇ ਜਿੰਨਾ ਵੀ ਸਟਾਫ ਹੈ ਉਹ ਬੜੇ
ਸੋਹਣੇ ਤਰੀਕੇ ਦੇ ਨਾਲ ਬੱਚੇ ਨੂੰ ਗਾਈਡ ਕਰਦੇ ਨੇ। ਨਾਲ ਹੀ ਬੱਚੇ ਨੂੰ ਪੰਜ ਪਿਆਰਿਆਂ ਦੇ ਨਾਮ, ਪੰਜਾਂ ਤਖਤਾਂ ਦੇ ਨਾਮ, ਚਾਰ ਸਾਹਿਬਜ਼ਾਦਿਆਂ ਦੇ ਨਾਮ, ਗੁਰੂ ਸਾਹਿਬਾਨ ਦੇ ਨਾਮ ਅਤੇ ਹੋਰ ਜਿਹੜੀ ਗੁਰਮੁਖੀ ਦੇ ਨਾਲ ਬੱਚੇ ਨੂੰ ਜੋੜਿਆ ਜਾਂਦਾ ਹੈ ਅਤੇ ਹੋਰ ਵੀ ਜਿਹੜੀਆਂ ਐਕਟੀਵਿਟੀਆਂ ਨੇ ਜਿਵੇਂ ਪਲੇਇੰਗ ਵਿੱਚ ਆਪਣਾ ਫੁੱਟਬਾਲ ਜਾਂ ਹੋਕੀ ਜਾਂ ਫਿਰ ਹੋਰ ਜਿੰਨੀਆਂ ਵੀ ਉੱਥੇ ਗੇਮਾਂ ਨੇ ਉਹ ਬੜੇ ਸੁਚੱਜੇ ਤਰੀਕੇ ਦੇ ਨਾਲ ਬੱਚੇ ਨੂੰ ਸਿਖਾਈਆਂ ਜਾਂਦੀਆਂ ਨੇ। ਮੇਰਾ ਬੱਚਾ ਬਹੁਤ ਸੋਹਣੇ ਤਰੀਕੇ ਦੇ ਨਾਲ ਪੜ੍ਹ ਰਿਹਾ ਹੈ। ਹਰ ਇੱਕ ਖੇਤਰ ਦੇ ਅੰਦਰ ਜੇ ਕੋਈ ਅੱਗੇ ਜਾਣਾ ਚਾਹੁੰਦਾ ਹੈ ਤਾਂ ਉਹਨੂੰ ਜ਼ਰੂਰਤ ਹੈ ਜਿਹੜੀ ਹੈ ਵਿੱਦਿਅਕ ਯੋਗਤਾ ਦੀ, ਜਿੱਥੇ ਹਰ ਇੱਕ ਇਹ ਨਵਾਂ ਬੜਾ ਸੋਹਣਾ ਉਪਰਾਲਾ ਜਿਹੜਾ ਹੈ ਉਹ ਆਰੰਭ ਕੀਤਾ ਗਿਆ, ਜਿੱਥੇ ਬੱਚੇ ਨੂੰ ਵਿੱਦਿਅਕ ਯੋਗਤਾ ਦੇ ਨਾਲ ਜੋੜਿਆ ਜਾਂਦਾ ਹੈ, ਉੱਥੇ ਨਾਲ ਹੀ ਨਾਲ ਉਹਦੇ ਅੰਦਰ ਧਾਰਮਿਕਤਾ ਗੁਣ ਜਿਹੜੇ ਨੇ ਉਹ ਪੈਦਾ ਕੀਤੇ ਜਾਂਦੇ ਨੇ। ਅਤੇ ਉਹ ਧਾਰਮਿਕਤਾ ਜਦੋਂ ਬੰਦੇ ਦੇ ਅੰਦਰ ਧਾਰਮਿਕਤਾ ਟਿਕੇਗੀ ਤਾਂ ਹੀ ਬੰਦਾ ਜਿਹੜਾ ਹੈ ਉਹ ਚੰਗੇ ਜਿਹੜਾ ਹੈ ਉਹ ਚੰਗਾ ਸਮਾਜ ਸੇਵਕ ਬਣ ਸਕੇਗਾ। ਅਤੇ ਉਹ ਸਾਰੇ ਗੁਣ ਜਿਹੜੇ ਹੁਣ ਉਹ ਅਕਾਲ ਅਕੈਡਮੀ ਦੇ ਅੰਦਰ ਹੈ ਨੇ। ਮੈਨੂੰ ਬੜੀ ਖੁਸ਼ੀ ਹੈ ਕਿ ਮੇਰਾ ਬੱਚਾ ਅਕਾਲ ਅਕੈਡਮੀ ਵਿਖੇ ਪੜ੍ਹਦਾ। ਉੱਥੇ ਜਿੰਨਾ ਵੀ ਸਟਾਫ ਹੈ, ਜਿਨ੍ਹਾਂ ਦੇ ਨਾਲ ਮੈਂ ਮਿਲਦਾ ਵਾਂ, ਜਦੋਂ ਵੀ PTM ਹੁੰਦੀ ਹੈ, ਬੜੇ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਬੱਚਿਆਂ ਨੂੰ ਅਤੇ ਸਾਨੂੰ ਜਿਹੜਾ ਹੈ ਉਹ ਮਤਲਬ ਕਿ ਗਾਈਡ ਕਰਦੇ ਨੇ। ਵੇਖੋ, ਸੰਸਾਰ ਭਰ ਦੇ ਅੰਦਰ ਸੇਵਾਵਾਂ ਹੋਰ ਵੀ ਨੇ, ਪਰ ਜਿਹੜੀ ਸੇਵਾ ਅਸੀਂ ਗੁਰੂ ਨੂੰ ਸਮਰਪਿਤ ਬੱਚਿਆਂ ਦੇ ਲਈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਜੇਕਰ ਵਿੱਦਿਆ ਹੈ ਤਾਂ ਸਾਡੇ ਜੀਵਨ ਵਿੱਚ ਪਰਉਪਕਾਰ ਟਿਕੇਗਾ। ਮੈਂ ਉਹਨਾਂ ਡੋਨਰਾਂ ਦਾ ਵੀ ਤਹਿ ਦਿਲ ਤੋਂ ਧੰਨਵਾਦੀ ਕਰਨਾ ਹਾਂ ਜਿਨ੍ਹਾਂ ਨੇ ਇਹ ਬੜੀ ਵੱਡੀ ਸੇਵਾ ਲਈ ਹੈ। ਸਮੁੱਚੀ ਟੀਮ ਦਾ, ਡੋਨਰਾਂ ਦਾ, ਅਕਾਲ ਅਕੈਡਮੀ ਦਾ, ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਇੱਥੋਂ ਦਾ ਜਿੰਨਾ ਵੀ ਸਟਾਫ ਹੈ ਉਹ ਬੱਚਿਆਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਪੜ੍ਹਾਉਂਦਾ ਹੈ ਅਤੇ ਦੂਜੇ ਸਕੂਲਾਂ ਦੇ ਨਾਲੋਂ ਉਹਨਾਂ ਦਾ ਜਿਹੜਾ ਸਮਝਾਉਣ ਦਾ ਤਰੀਕਾ ਹੈ ਬਹੁਤ ਹੀ ਵਧੀਆ। ਸਾਰਾ ਜਿੰਨਾ ਵੀ ਸਟਾਫ ਹੈ ਉਹ ਬੜਾ ਹੀ ਮਿਹਨਤੀ ਹੈ, ਬੜਾ ਹੀ ਜਿਹੜਾ ਹੈ ਉਹ ਜਿਹੜਾ ਉੱਦਮੀ ਹੈ, ਉਸ ਉੱਦਮ ਦੇ ਸਦਕਾ ਜਿਹੜੇ ਬੱਚੇ ਨੇ ਉਹ ਬੜੀ ਸੋਹਣੇ ਤਰੀਕੇ ਦੇ ਨਾਲ ਉਹ ਬੱਚਿਆਂ ਦੀ ਬੱਚੇ ਜਿਹੜੇ ਨੇ ਆਪਣੀ ਟੀਚਰਾਂ ਦੀ ਗੱਲ ਨੂੰ ਜਿਹੜਾ ਹੈ ਉਹ ਸੁਣਦੇ ਨੇ। ਮੈਂ ਤਹਿ ਦਿਲ ਤੋਂ ਸਮੁੱਚੇ ਸਟਾਫ ਦਾ ਵੀ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅਕਾਲ ਅਕੈਡਮੀ ਹਾਬੜੀ, ਜਿੱਥੇ ਕਿ ਤੁਸੀਂ ਦੇਖਿਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਕੀ ਰੂਟੀਨ ਹੈ, ਨਿਤਨੇਮ ਦੀ ਬਾਣੀਆਂ, ਉਸ ਦੇ ਨਾਲ ਇਹਨਾਂ ਦਾ ਦਿਨ ਸ਼ੁਰੂ ਹੁੰਦਾ ਹੈ ਤਾਂ ਕਿ ਮਹਾਰਾਜ ਦੀ ਇਲਾਹੀ ਬਾਣੀ ਦਾ ਜਾਪ ਕਰਕੇ ਇਹ ਬੱਚੇ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਆਪਣੀ ਸਕੂਲ ਦੇ ਵਿੱਚ ਆਪਣੀ ਕਲਾਸਰੂਮ ਦੇ ਵੱਲ ਵਧਣ। ਫਿਰ ਜਦੋਂ ਕਲਾਸਰੂਮ ਦੇ ਵਿੱਚ ਜਾਂਦੇ ਨੇ ਉੱਥੇ ਇਹਨਾਂ ਨੂੰ ਇਹਨਾਂ ਦੇ ਕੋਰਸ ਦੇ ਮੁਤਾਬਿਕ, ਇਹਨਾਂ ਦੇ ਸਿਲੇਬਸ ਦੇ ਮੁਤਾਬਿਕ ਬਕਾਇਦਾ ਟਾਈਮ ਟੇਬਲ ਬਣਿਆ ਹੁੰਦਾ ਹੈ ਜਿਸ ਦੇ ਮੁਤਾਬਿਕ ਇਹਨਾਂ ਨੂੰ ਦੁਨਿਆਵੀ ਪੜ੍ਹਾਈ ਵੀ ਕਰਾਈ ਜਾਂਦੀ ਹੈ। ਇਸ ਦੇ ਨਾਲ ਨਾਲ ਬੱਚਿਆਂ ਨੂੰ ਮਿਊਜ਼ਿਕ ਦੇ ਵਿੱਚ ਵੀ ਰਾਗ ਦੇ ਆਧਾਰ ਦੇ ਉੱਪਰ ਕੀਰਤਨ ਕਰਨਾ ਸਿਖਾਇਆ ਜਾਂਦਾ। ਫਿਰ ਇੱਥੇ ਵੱਖਰੀ ਵੱਖਰੀ ਵਧੀਆ ਤੋਂ ਵਧੀਆ ਲੈਬੋਰੇਟਰੀਜ਼ ਨੇ ਜਿਹਦੇ ਵਿੱਚ ਥਿਓਰੀਟੀਕਲ ਨੌਲੇਜ ਦੇ ਨਾਲ ਨਾਲ ਇਸ ਗਿਆਨ ਦੇ ਨਾਲ ਨਾਲ ਉਹਨਾਂ ਨੂੰ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾਂਦਾ ਹੈ ਤਾਂ ਕਿ ਬੱਚੇ ਜੋ ਆਪਣੀ ਕਿਤਾਬਾਂ ਦੇ ਵਿੱਚ ਦੇਖ ਰਹੇ ਹਨ, ਜੋ ਸੁਣ ਰਹੇ ਹਨ ਆਪਣੇ ਅਧਿਆਪਕਾਂ ਕੋਲੋਂ, ਉਹ ਆਮ ਪ੍ਰੈਕਟੀਕਲੀ ਕਰ ਵੀ ਸਕਣ। ਇੱਥੇ ਖਾਸ ਇਹੋ ਜਿਹੇ ਕੰਪਿਊਟਰ ਰੂਮਸ ਵੀ ਬਣੇ ਨੇ ਜਿਹੜੇ ਕੰਪਿਊਟਰ ਰੂਮਸ ਦੇ ਅੰਦਰ ਬੱਚਿਆਂ ਨੂੰ ਹਰ ਰੋਜ਼ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਬੱਚਿਆਂ ਦਾ ਜੋ ਅੱਜ ਇੱਕ ਡਿਜੀਟਲ ਦਾ ਜੋ ਸਮਾਂ ਹੈ, ਡਿਜੀਟਲ ਦੌਰ ਹੈ ਜਿਹਦੇ ਵਿੱਚ ਬਹੁਤ ਸਾਰੇ ਗੈਜਟਸ ਜਿਹੜੇ ਨੇ ਉਹ ਵੱਖਰੇ ਵੱਖਰੇ ਗੈਜਟਸ ਯੂਜ਼ ਹੁੰਦੇ ਨੇ, ਇਹਨਾਂ ਗੈਜਟਸ ਦੀ ਵਰਤੋਂ ਜੋ ਹੈ ਉਹ ਸਾਨੂੰ ਅਗਰ ਅੱਛੇ ਤਰੀਕੇ ਨਾਲ ਕਰੀਏ ਤਾਂ ਸਾਨੂੰ ਬਹੁਤ ਅੱਗੇ ਵੀ ਲੈ ਕੇ ਜਾ ਸਕਦੀ ਹੈ। ਤਾਂ ਹੀ ਬੱਚਿਆਂ ਨੂੰ ਇੱਥੇ ਕੰਪਿਊਟਰ ਰੂਮ ਦੇ ਅੰਦਰ ਖਾਸ ਕੰਪਿਊਟਰ ਦੇ ਉੱਪਰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਅਲੱਗ ਅਲੱਗ ਤਰੀਕਿਆਂ ਦੇ ਨਾਲ ਉਹਨਾਂ ਨੂੰ ਕੰਪਿਊਟਰ ਵੀ ਸਿਖਾਇਆ ਜਾਂਦਾ ਹੈ। ਅਤੇ ਮੈਂ ਇਹੀ ਕਹਿਣਾ ਚਾਹਾਂਗਾ, ਕੁਰੀਤੀਆਂ ਤੋਂ ਇਹਨਾਂ ਬੱਚਿਆਂ ਨੂੰ ਦੂਰ ਕਰਦਿਆਂ, ਬਾਣੀ ਔਰ ਬਾਣੀ ਦਾ ਧਾਰਨੀ ਬਣਾਉਂਦਿਆਂ ਇਹਨਾਂ ਨੂੰ ਇਹੋ ਜਿਹੇ ਗਲੋਬਲ ਸਿਟੀਜ਼ਨ ਬਣਾਇਆ ਜਾ ਰਿਹਾ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਅੰਦਰ ਅੱਛੇ ਡਾਕਟਰ ਹੋਣਗੇ, ਅੱਛੇ ਇੰਜੀਨੀਅਰਸ ਬਣਨਗੇ, ਅੱਛੇ ਐਡਵੋਕੇਟਸ ਬਣਨਗੇ। ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਬਹੁਤ ਅੱਛੇ ਲੈਵਲ ਦੀ ਇੱਕ ਉੱਚੇ ਦਰਜੇ ਦੀ ਵਿੱਦਿਆ ਦਿੱਤੀ ਜਾ ਰਹੀ ਹੈ। ਮੈਂ ਆਪ ਸਾਰਿਆਂ ਅੱਗੇ ਵੀ ਬੇਨਤੀ ਕਰਾਂਗਾ, ਜੇ ਤੁਹਾਡੇ ਕੋਲ ਟਾਈਮ ਹੁੰਦਾ ਹੈ ਅਤੇ ਜਿੱਦਾਂ ਸਾਡੀ ਟੀਮ ਇੱਥੇ ਆਈ ਉੱਦਾਂ ਤੁਸੀਂ ਵੀ ਅਕਾਲ ਅਕੈਡਮੀ ਹਾਬੜੀ ਦੇ ਵਿੱਚ ਪਹੁੰਚੋ, ਇੱਥੇ ਆ ਕੇ ਆਪ ਦੇਖੋ ਕਿ ਵਿਦਿਆਰਥੀਆਂ ਨੂੰ ਕਿਸ ਤਰੀਕੇ ਦੇ ਨਾਲ ਪੜ੍ਹਾਈ ਕਰਾਈ ਜਾ ਰਹੀ ਹੈ,
ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਿਖਾਇਆ ਜਾ ਰਿਹਾ, ਉਹਨਾਂ ਨੂੰ ਸਿਰਫ ਇੱਕ ਬੁੱਕਿਸ਼ ਕਹਿੰਦੇ ਨੇ ਕਿਤਾਬੀ ਗਿਆਨ ਨਹੀਂ ਦਿੱਤਾ ਜਾ ਰਿਹਾ, ਬਲਕਿ ਉਹਨਾਂ ਨੂੰ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾ ਰਿਹਾ। ਉਹਨਾਂ ਨੂੰ ਆਲਰਾਊਂਡਰ ਬਣਾ ਰਹੇ ਨੇ, ਸਪੋਰਟਸ ਦੇ ਖੇਤਰ ਵਿੱਚ ਵੀ ਅੱਗੇ ਲੈ ਕੇ ਜਾਇਆ ਜਾ ਰਿਹਾ, ਮਿਊਜ਼ਿਕ ਵਿੱਚ ਵੀ ਅੱਗੇ ਲੈ ਕੇ ਜਾਇਆ ਜਾ ਰਿਹਾ, ਔਰ ਉਹਨਾਂ ਨੂੰ ਇੰਗਲਿਸ਼ ਬੋਲਣਾ ਵੀ ਸਿਖਾਇਆ ਜਾ ਰਿਹਾ। ਤਾਂ ਤੁਸੀਂ ਆਪ ਆਓ ਇੱਕ ਵਾਰੀ ਚੱਕਰ ਮਾਰ ਕੇ ਦੇਖੋ, ਤੁਹਾਨੂੰ ਆਪ ਬਹੁਤ ਅੱਛਾ ਲੱਗੇਗਾ। ਹੁਣ ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।